ओहो भागवान ने, अज तू कौलिए तेल दे विच तली जानी है, आ की काम करन लग गई? संधु साहब, एक कौलियां दे पिछे भी एक राज है। ओ एवें दा की राज भी आपा स्टील ही तलन लग गई अज? एक कौलियां कलियां खाली नहीं, इन्हां दे थल्ले एक एहो जी चीज बांधी है जेड़ियां भैणां जिद करदियां ना, भी सानू फलानी जगह ते लै जाओ, ध्यौकी जगह ते लै जाओ, फास्ट फूड खवा लिया, बर्गर पीजे, ये ओहो जी एक चीज बन लगी आ। कमाल हो गई कौली, मैनू खाली कौलियां खाली नहीं हैगियां। कौलियां जी च की बनाई जांदी सी, मैनू दस भी दे ਕਿਵੇਂ ਬਣੂਗਾ ਇਹ? हां जी, थोनू दस दी आ किवें बनूगा, ते थोनू टेस्ट भी कराऊंगी भी किवें दी बनी आ। ठीक पर है। उस तो पहला आपां अपने चाहण वालियां दे नाम है जिहड़े जरूर लै दिए। सब तो पहला नाम है जी जसविंदर मोगे तो, ठीक है। दविंदर सिंह बिशनगढ़ तो, ठीक है। ते जोगिंदर सिंह गुरदासपुर तो, ठीक है। ते इंदरजीत फतेहगढ़ साहिब तो, ते कुलजीत संगतपुरा तो। ਸੋ ਦੋਸਤੋ, ਅਗਲੀ ਵੀਡੀਓ 'ਚ ਤੁਹਾਡੇ ਵੀ ਅਸੀਂ ਨਾਮ ਲਵਾਂਗੇ। ਵੀਡੀਓ ਹਾਂਜੀ, ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ। ਪਹਿਲਾਂ ਆਪਾਂ ਲੈ ਲੈਣਾ ਜੀ ਆਟਾ, ਕਣਕ ਠੀਕ ਦਾ ਆਟਾ ਲਿਆ ਹੋਇਆ ਆਪਾਂ। ਠੀਕ ਹਾਂਜੀ, ਇੱਕ ਕੌਲੀ ਲਿਆ ਆਪਾਂ। ਠੀਕ ਆ। ਹਾਂਜੀ, ਇਹਦੇ 'ਚ ਆਪਾਂ ਪਾਵਾਂਗੇ ਜੀ ਅੱਧਾ ਚਮਚ ਨਮਕ। ਠੀਕ ਆ। ਹਾਂਜੀ, ਜਿਹੜਾ ਆਪਾਂ ਆਮ ਸਬਜ਼ੀ ਦੇ ਵਿੱਚ ਯੂਜ਼ ਕਰਦੇ ਹਾਂ। ਠੀਕ ਆ। ਹਾਂਜੀ, ਪਵਣੇ ਬਣੂਗਾ ਕੀ ਚੀਜ਼? ਇਹ ਬਹੁਤ ਹੀ ਜਿਹੜੀ ਟੇਸਟੀ ਚੀਜ਼ ਬਣਨ ਲੱਗੀ ਆ ਜੀ, ਇੱਕ ਤਰ੍ਹਾਂ ਤੁਸੀਂ ਕਹਿ ਲਓ ਪੀਜ਼ਾ ਹੀ ਬਣ ਰਿਹਾ। ਠੀਕ ਹੈ, ਠੀਕ ਹੈ। ਕੌਲੀਆਂ ਵਾਲਾ ਪੀਜ਼ਾ? ਹਾਂਜੀ, ਤੇ 2 ਚਮਚ ਆਪਾਂ ਇਹਦੇ ਵਿੱਚ ਪਾ ਲੈਂਦੇ ਹਾਂ ਛੋਟੇ ਦੇਸੀ ਘਿਓ ਦੇ। ਠੀਕ ਹੈ, ਠੀਕ ਹੈ ਜੀ। ਹਾਂਜੀ, ਹੁਣ ਆਪਾਂ ਇਸ ਆਟੇ ਨੂੰ ਜਿਹੜਾ ਕਿ ਗੁੰਨ ਲਾਂਗੇ। ਠੀਕ ਹੈ। ਹਾਂਜੀ, ਆਪਾਂ ਜਿਹੜਾ ਕਿ ਆਟਾ ਜਿਹੜਾ ਕਿ ਬਸ ਜਿਹੜਾ ਕਿ ਆਪਣਾ ਲਗਭਗ ਤਿਆਰ ਹੀ ਆ। ਠੀਕ। ਆਹ ਸਬਜ਼ੀਆਂ ਕਿਵੇਂ ਲੈ ਲਈਆਂ ਹਰੀਆਂ ਪਵਨ? ਹਾਂਜੀ, ਇਹ ਆਪਾਂ ਹਰੀਆਂ ਸਬਜ਼ੀਆਂ ਲਈਆਂ, ਹੁਣ ਆਪਾਂ ਜਿਹੜਾ ਕਿ ਇਹਨਾਂ ਸਬਜ਼ੀਆਂ ਨੂੰ ਬੋਇਲ ਕਰਾਂਗੇ। ਠੀਕ। ਹਾਂਜੀ, ਜਿਹੜੇ ਲੈ ਲੈਣੀ ਆ। ਠੀਕ ਆ। ਹਾਂਜੀ, ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਕਿ ਘਿਓ ਪਾਵਾਂਗੇ। ਠੀਕ ਆ। ਤੇ ਇੱਧਰ ਆਪਾਂ ਜਿਹੜੇ ਕਿ ਪਿਆਜ਼ ਤੇ ਟਮਾਟਰ ਆ ਜਿਹੜੇ ਬਰੀਕ ਬਰੀਕ ਕੱਟੇ ਹੋਏ ਆ। ਠੀਕ ਆ। ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ। ਠੀਕ ਆ। 2 ਤੋਂ 5-7 ਮਿੰਟ ਲੱਗਦੇ ਆ ਸਾਰੀ ਇਸ ਚੀਜ਼ ਤੇ। ਹਾਂਜੀ, ਤੇ ਚੀਜ਼ ਦੇਖਿਓ ਬਣਦੀ ਕਿਵੇਂ, ਕਿੰਨੀ ਘੈਂਟ ਤੁਸੀਂ ਦੇਖ ਹੀ ਲਈ ਸਟਾਰਟਿੰਗ ਚ। ਹਾਂਜੀ, ਹੁਣ ਆਪਾਂ ਥੋੜਾ ਜਿਹਾ ਜੀਰਾ ਜਿਹੜਾ ਕਿ ਭੁੰਨ ਲੈਨੇ ਆ। ਠੀਕ ਆ। ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਭੁੰਨਾਂਗੇ ਘਿਓ ਦੇ ਵਿੱਚ। ਇੰਨਾ ਟਾਈਮ ਇਹ ਭੁੱਜਦੇ ਆ, ਤੇ ਇੱਧਰ ਆਪਾਂ ਜਿਹੜੀ ਗੋਭੀ ਲਈ ਆ ਉਹਦੇ ਆਪਾਂ ਥੋੜੇ ਜਿਹੇ ਛੋਟੇ ਪੀਸ ਕਰ ਲੈਨੇ ਆ। ਠੀਕ ਆ। ਤੜਕਾ ਪਾਉਣ ਥੋੜਾ ਜਿਹਾ ਕੱਚਾ ਪੱਕਾ ਹੀ ਰੱਖਣਾ ਆਪਾਂ? ਹਾਂਜੀ, ਨਹੀਂ ਨਹੀਂ ਜ਼ਿਆਦਾ ਨਹੀਂ, ਬਸ ਮਤਲਬ ਕਿ ਹਲਕਾ ਜਿਹਾ ਵੀ ਮਤਲਬ ਕਿ ਆਪਾਂ ਤੜਕਾ ਲਾਉਣਾ। ਹਾਂਜੀ, ਹੁਣ ਆਪਾਂ ਆਹ ਜਿਹੜੀ ਵੈਜੀਟੇਬਲਸ ਆਪਾਂ ਬੋਇਲ ਕੀਤੀਆਂ ਸੀ ਇਹਨਾਂ ਨੂੰ ਵੀ ਇਹਦੇ ਵਿੱਚ ਪਾ ਦਿੰਦੇ ਹਾਂ। ਠੀਕ ਆ। ਇਹ ਤਾਂ ਬਹੁਤ ਵਧੀਆ ਚੀਜ਼ਾਂ ਪਈਆਂ ਪਾਉਣ ਵਿੱਚ ਉਹਦੇ। ਹਾਂਜੀ, ਹੁਣ ਆਪਾਂ ਇਹਨਾਂ ਨੂੰ ਕਰ ਲੈਂਦੇ ਹਾਂ ਮਿਕਸ, ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਿ ਟੇਸਟ ਦੇ ਅਨੁਸਾਰ ਹੈ ਨਮਕ ਵਗੈਰਾ ਪਾਵਾਂਗੇ, ਮਿਰਚ ਪਾ ਲੈਂਦੇ ਹਾਂ। ਠੀਕ ਆ। ਹਰੀ ਮਿਰਚ ਵੀ ਤੁਸੀਂ ਪਾ ਸਕਦੇ ਹੋ, ਆਪਾਂ ਹਰੀ ਮਿਰਚ ਨਹੀਂ ਪਾਏਗੀ, ਆਪਾਂ ਇਕੱਲੀ ਰੈਡ ਹੀ ਪਾਈਏ। ਤੇ ਥੋੜ੍ਹਾ ਜਿਹਾ ਨਮਕ ਪਾ ਲੈਂਦੇ ਹਾਂ ਟੇਸਟ ਦੇ ਅਨੁਸਾਰ। ਠੀਕ ਆ। ਜਿੰਨਾ ਕੁ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋਵੋਗੇ, ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਜਿਹੜਾ ਕਿ ਗਰਮ ਮਸਾਲਾ ਪਾਵਾਂਗੇ। ਠੀਕ ਆ। ਹਾਂਜੀ, ਹੁਣ ਜਿਹੜੇ ਕਿ ਜਿਹੜੇ ਪੇੜੇ ਕੀਤੇ ਸੀਗੇ। ਠੀਕ ਆ। ਇਹਨਾਂ ਦੀ ਆਪਾਂ ਕਿ ਰੋਟੀ ਵੇਲ ਲੈਂਦੇ ਹਾਂ। ਓਕੇ, ਪਵਨ ਫਿਰ ਕੀ ਕਰਨਾ ਹੈ? ਫਿਰ ਵੀ ਤੁਹਾਨੂੰ ਦੱਸਦੇ ਹਾਂ ਇੱਕ ਵਾਰੀ, ਆਪਾਂ ਜਿਹੜੀਆਂ ਕਿ ਰੋਟੀਆਂ ਜਿਹੜੀਆਂ ਜ਼ਿਆਦਾ ਪਤਲੀਆਂ ਨਹੀਂ ਬਣਾਉਣੀਆਂ, ਨਾ ਹੀ ਜ਼ਿਆਦਾ ਮੋਟੀਆਂ ਬਣਾਉਣੀਆਂ। ਠੀਕ ਆ। ਹਾਂਜੀ, ਹੁਣ ਆਪਾਂ ਕੌਲੀ ਦੇ ਵਿੱਚ ਆ ਜਿਹੜੀ ਕਿ ਇਸ ਤਰ੍ਹਾਂ ਰੋਟੀ ਜਿਹੜੀ ਕਿ ਰੱਖ ਲੈਣੀ ਆ। ਠੀਕ ਆ, ਵੀ ਸੈਂਟਰ 'ਚ ਕਰਕੇ ਰੱਖ ਲੈਣੀ। ਹਾਂਜੀ, ਠੀਕ ਆ। ਠੀਕ ਹੈ ਜੀ। ਹਾਂਜੀ, ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਆਹ ਜਿਹੜਾ ਸਾਰਾ ਬਣਾਇਆ ਹੈਗੀਆਂ ਸਬਜ਼ੀਆਂ ਵਾਲਾ। ਠੀਕ ਆ। ਸਬਜ਼ੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਫਿਲ ਕਰ ਦਾਂਗੇ। ਫਿਲ ਕਰ ਦਾਂਗੇ ਇਹਦੇ ਵਿੱਚ। ਠੀਕ ਆ। ਆ ਜੀ ਸੀ ਹੈ। ਹਾਂਜੀ, ਐਵੇਂ ਬਣਾਈ ਸੀ। ਇਹਦੇ ਤਾਂ ਪਾਉਣ ਟਾਈਮ ਵੀ ਨਹੀਂ ਕੁਝ ਲੱਗਿਆ। ਨਹੀਂ ਜੀ, ਨਹੀਂ ਕੋਈ ਟਾਈਮ ਨਹੀਂ ਲੱਗਦਾ। ਇਹਦਾ ਪਾਉਣ ਹੈਲਦੀ ਬਹੁਤ ਜ਼ਿਆਦੀ ਆ। ਹਾਂਜੀ ਬਿਲਕੁਲ ਜੀ, ਬਰਗਰ ਪੀਜ਼ੇ ਨਾਲ ਤਾਂ ਬਹੁਤ ਜ਼ਿਆਦੀ ਵਧੀਆ, ਜਿਹੜੀ ਆਪਾਂ ਆਪਦੀ ਅੱਖਾਂ ਦੇ ਸਾਹਮਣੇ ਘਰੇ ਬਣਾ ਕੇ ਕੋਈ ਚੀਜ਼ ਖਾਣੀ ਆ। ਹਾਂਜੀ, ਤੇ ਹੁਣ ਆਪਾਂ ਇਸ ਤਰ੍ਹਾਂ ਜਿਹੜਾ ਕਿ ਇਹਨੂੰ
बंद कर देंगे। ठीक भी ये बिलकुल भी गैप नहीं होना चाहिए तेल अंदर ना जावे। हाँ, अंदर ना तेल जावे भी ये मूह जेड़ा की रोटियां दा आपां चंगी तरह बंद कर देना जेड़ियां इहदे विच रखांगे। अच्छा हाँ जी हाँ जी आपां जेड़ा की इन्हां नूं जमा डीप फ्राई नहीं करांगे इस तरह भी हल्का जिहा जेड़ा की आपां इहदे ते तेल आ जेड़ा की पा लिया इसे तरह ही बन जाणगे। ठीक हाँ जी देखो तुसीं दोस्तों बन रहा पिज़्ज़ा होममेड पिज़्ज़ा। हाँ जी फ्राई पिज़्ज़ा फ्राई पिज़्ज़ा। अच्छा अभी इन्होंने हम मुद्दियां भी मार लेना। हाँ जी जे तुसी चाहो तो मुद्दियां भी मार सकते हो। अच्छा जे ओमें भी पक जूगा ओमें टाइम लगूगा मुद्दियां मार लोगे थोड़ा जल्दी पक जल्दी हो जूगा। हाँ जी ले पवन आ दा बहुत सोहना कलर बने है। हाँ जी ते हुण आपां इन्हां कौलियां नूं कढ लैणे आ बाहर। ठीक बाहर पागवाने आराम नाल कढ़ी गए तेल दा छट्टा ना पै जाए। पवन मेनू लगी भुख ते जल्दी जल्दी मेनू सर्व कर। हाँ जी हाँ जी बस आपां जिहड़ा की ਇਹ ਕੌਲੀ ਆ ਜਿਹੜੀ ਮੋਦੀ ਮਾਰ ਦਿੰਨੇ ਆ। ਠੀਕ ਲੈ ਉਹਨਾਂ ਦਾ 버ਗਰ ਵਰਗਾ ਬਣ ਗਿਆ ਵਿੱਚੋਂ ਜਮਾਂ ਹੀ। ਹਾਂਜੀ ਆ ਦੇਖੋ ਵਧੀਆ ਜਿਹੜਾ ਤੇਲ ਵੀ ਨਹੀਂ ਦਿਸ ਰਿਹਾ ਜਮਾਂ ਹੀ ਪਵਨ ਜਿਵੇਂ ਨੈਚੁਰਲ ਬਣਿਆ ਹੁੰਦਾ ਬਿਨਾ ਤੇਲ ਤੋਂ ਹੀ। ਨਹੀਂ ਜੀ ਨਹੀਂ ਜੀ ਤੇ ਹੁਣ ਆਪਾਂ ਇਹਨੂੰ ਸੌਸ ਦੇ ਨਾਲ ਸਰਵ ਕਰ ਲੈਨੇ ਆ ਤੇ ਤੁਹਾਨੂੰ ਕੱਟ ਕੇ ਵੀ ਆਪਾਂ ਵਿਖਾਉਨੇ ਆ ਵੀ ਕਿਵੇਂ ਦਾ ਜਿਹੜਾ ਕੀ ਬਣ ਗਿਆ। ਠੀਕ ਹਾਂਜੀ ਸੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ।